ਹੁਸ਼ਿਆਰਪੁਰ ਦੇ ਥਾਣਾ ਸਦਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਪਿੰਡ ਮੰਨਨ ਦੇ ਜੰਗਲਾ 'ਚ ਛਾਪੇਮਾਰੀ ਦੌਰਾਨ ਵੱਡੀ ਮਾਤਰਾ 'ਚ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਤੇ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ਪੁਲਿਸ ਅਧਿਕਾਰੀ DSP ਲਵਕੇਸ਼ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਮੰਨਨ ਦੀ ਜੰਗਲ ਨੁਮਾ ਥਾਂ ਤੇ ਨਜਾਇਜ਼ ਸ਼ਰਾਬ ਦੀਆਂ ਪੇਟੀਆਂ ਪਈਆਂ ਨੇ ਤੇ ਜਦੋਂ ਪੁਲਿਸ ਵੱਲੋਂ ਮੌਕੇ ਤੇ ਜਾ ਕੇ ਛਾਪਾ ਮਾਰਿਆ ਗਿਆ ਤਾਂ ਪੁਲਿਸ ਨੇ 28 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਪਛਾਣ ਰਜਿੰਦਰ ਸਿੰਘ ਉਰਫ ਟੀਟੂ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮੰਨਣ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਥਿਤ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਹੌਟ ਨਿਊਜ਼ ਇੰਡੀਆ ਦੇ ਲਈ ਅਮਨ ਧੱਗੜ ਦੀ ਰਿਪੋਰਟ। ਸਾਨੂੰ ਜੀ ਸੂਚਨਾ ਮਿਲੀ ਸੀ ਕਿ ਪਿੰਡ ਮੰਨਣ ਦੇ ਲਾਗੇ ਜਿਹੜਾ ਜੰਗਲ ਵਾਲਾ ਏਰੀਆ ਉੱਥੇ ਕਾਫ਼ੀ ਜ਼ਿਆਦਾ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਤੋਂ ਲਿਆਂਦੀ ਗਈ ਸ਼ਰਾਬ ਰੱਖੀ ਗਈ ਹੈ ਜਿਹਨੂੰ ਕਿ ਇਹਨਾਂ ਨੇ ਅੱਗੇ ਸੇਲ ਕਰਨਾ ਸੀ। ਜਿਸ ਤਰ੍ਹਾਂ ਸਾਨੂੰ ਇਨਫੋਰਮੇਸ਼ਨ ਮਿਲੀ ਆਪਾਂ ਮੌਕੇ ਤੇ ਪਹੁੰਚੇ ਤੇ ਉੱਥੇ ਆ ਕੇ ਜੰਗਲ ਦੇ ਵਿੱਚ ਛਾਨਬੀਨ ਕਰਨ ਤੋਂ ਬਾਅਦ ਸਾਨੂੰ 28 ਪੇਟੀਆਂ ਬਰਾਮਦ ਹੋਈਆਂ ਜਿਸ 'ਚ ਕੁੱਲ 336 ਬੋਤਲਾਂ 999 ਪਾਵਰ ਸਟਾਰ ਫਾਈਨ ਵਿਸਕੀ ਫੋਰ ਸੇਲਿੰਗ ਚੰਡੀਗੜ੍ਹ ਓਨਲੀ। ਆਪਾਂ ਉੱਥੇ ਇੱਕ ਬੰਦੇ ਨੂੰ ਕਾਬੂ ਵੀ ਕੀਤਾ ਜਿਹਦੇ ਖਿਲਾਫ਼ ਆਪਾਂ ਪਰਚਾ ਦਿੱਤਾ ਤੇ ਉਸ ਤੋਂ ਬਾਅਦ ਬਾਕੀ ਦੀ ਕਾਰਵਾਈ ਆਪਾਂ ਉਹਦੇ ਕੋਲ ਪੁੱਛਗਿੱਛ ਵਗੈਰਾ ਕਰ ਰਹੇ ਹਾਂ। ਪਿੰਡ ਮੰਨਣ ਦਾ ਆਇਆ ਉਹ ਬੰਦਾ, ਨਾਂ ਆ ਉਹਦਾ ਰਜਿੰਦਰ ਸਿੰਘ ਉਰਫ ਟੀਟੂ। ਸ਼ਰਾਬ ਵੇਚਣ ਦੇ ਨਾਲ ਕਿਤੇ ਲੇਬਰ ਦਾ ਵੀ ਕੰਮ ਕਰਦਾ ਅਸਾਂ ਜਿੰਨਾ ਵੀ ਪੁੱਛਿਆ, ਪਰ ਇਹ ਮੇ ਬੀ ਉਹਦਾ ਇੱਕ ਪੈਸੇ ਕਮਾਉਣ ਦਾ ਤਰੀਕਾ ਹੋਏ। ਬੈਕਗ੍ਰਾਉਂਡ ਕਿਸ ਤਰ੍ਹਾਂ ਦਾ ਤੁਹਾਡਾ? ਪਹਿਲਾਂ ਵੀ ਕੋਈ ਉੱਥੇ ਮਾਮਲਾ ਦਰਜ ਇਸ ਤਰ੍ਹਾਂ ਦਾ? ਨਹੀਂ, ਪਹਿਲਾਂ ਉੱਥੇ ਕੋਈ ਮਾਮਲਾ ਦਰਜ ਨਹੀਂ ਹੈ। ਹੋਰ ਵੀ ਕਿਸੇ ਨੂੰ ਅਰੈਸਟ ਕਰਨਾ ਜਾਂ ਸਿਰਫ ਇੱਕ ਹੀ ਇਹਦੇ ਵਿੱਚ ਕਥਿਤ ਦੋਸ਼ੀ ਪਾਇਆ ਗਿਆ? ਅਸੀਂ ਇਹਦੇ ਕੋਲ ਪੁੱਛਗਿੱਛ ਕਰ ਰਹੇ ਹਾਂ। ਅਗਰ ਸਾਨੂੰ ਪਤਾ ਲੱਗਦਾ ਕਿ ਸਿਰਫ 28 ਨਹੀਂ ਹੋਰ ਵੀ ਪੇਟੀਆਂ ਸੀ ਜਾਂ ਫਿਰ ਇਹਦੇ ਜਿਹੜੇ ਪਾਸਟ ਇਹਦੇ ਕ੍ਰਾਈਮਸ ਹੈ ਉਹਦੇ ਬਾਰੇ ਪਤਾ ਚੱਲਦਾ ਹੈ ਤੇ ਆਪਾਂ ਹੋਰ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਅਤੇ ਜ਼ਰੂਰਤ ਪੈਣ ਤੇ ਮਤਲਬ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਆਪਾਂ ਹੋਰ ਬੋਤਲਾਂ ਵੀ ਬਰਾਮਦ ਕਰਾਂਗੇ। ਕੁਛ ਲੱਗਾ ਮੁੜਲੀ ਜਾਂਚ ਦੌਰਾਨ ਪਤਾ ਲੱਗਿਆ ਕੁਛ ਇਸ ਦੌਰਾਨ ਕਿ ਇਸ ਤੋਂ ਪਹਿਲਾਂ ਵੀ ਇਹ ਵੇਚ ਚੁੱਕਿਆ ਕਈ ਬੋਤਲਾਂ ਜਾਂ ਨਹੀਂ ਪਹਿਲੀ ਵਾਰੀ ਕਰ ਰਿਹਾ ਸੀ? ਨਹੀਂ, ਅਜੇ ਤੱਕ ਪਤਾ ਨਹੀਂ ਚੱਲਿਆ। ਦਿਸ ਇਜ਼ ਅ ਮੈਟਰ ਅੰਡਰ ਇਨਵੈਸਟੀਗੇਸ਼ਨ। ਜਿਸ ਤੇ ਸਾਨੂੰ ਪਤਾ ਲੱਗਦਾ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ।